ਪੈਸਾ ਜ਼ਿੰਦਗੀ ਲਈ ਬਹੁਤ ਵੱਡੀ ਇੱਕ ਲੋੜ ਹੈ, ਉਦੋਂ ਬਿਨਾਂ ਜ਼ਿੰਦਗੀ ਨਹੀਂ ਚੱਲਦੀ। ਬਟ ਪੈਸੇ ਤੋਂ ਇਲਾਵਾ ਵੀ ਬਹੁਤ ਕੁਝ ਹੈਗਾ, ਹੈ ਨਾ, ਜੋ ਸਕੂਨ ਹੈ, ਸਕੂਨ ਸ਼ਾਇਦ ਪੈਸਾ ਨਹੀਂ ਦਿੰਦਾ ਜੀ। ਰੱਬ ਕਿਹੜਾ ਕਿਸੇ ਨੇ ਵੇਖਿਆ ਗਾ, ਰੱਬ ਨੂੰ ਮੰਨਦਾ ਬੰਦਾ ਰੱਬ ਬੰਦੇ ਦੇ ਕੋਲ ਹੈਗਾ। ਮੈਂ ਕਹਿੰਦਾ ਮੇਰੇ ਫਾਦਰ ਮੇਰੇ ਕੋਲ ਨੇ 24 ਘੰਟੇ, ਮੈਂ ਉਹਨਾਂ ਦਾ ਕੰਪੈਰੀਜ਼ਨ ਰੱਬ ਨਾਲ ਹੀ ਕਰ ਰਿਹਾ, ਬਟ ਮੈਂ ਤੁਹਾਡੇ ਫੇਥ ਨਾਲ ਕੰਪੈਰੀਜ਼ਨ ਕਰ ਰਿਹਾ ਜੀ। ਤੁਹਾਡਾ ਫੇਥ ਹੈਗਾ ਇੱਥੇ, ਉਹ ਚੀਜ਼ ਐਗਜਿਸਟ ਕਰਦੀ ਹੈ, ਦੈਟ ਇਜ਼ ਮੀਨ ਉਹ ਕਰਦੀ ਹੈ ਮੇਰੇ ਲਈ, ਮੇਰੇ ਫਾਦਰ ਮੇਰੇ ਨਾਲ ਐਗਜਿਸਟ ਕਰਦੇ ਨੇ। ਬੈਡ ਜੀ ਦੇਖੋ, 2011 'ਚ ਮੇਰੇ ਡੈਡ ਦੀ ਡੈਥ ਹੋਈ ਹੈ, ਉਦੋਂ ਬਾਅਦ 2016 ਤੱਕ ਮੈਂ ਬੜਾ ਅਪਸੈਟ ਰਿਹਾ, 7-8 ਸਾਲ। ਸੋਲ੍ਹਾਂ ਦੇ ਵਿੱਚ ਇੱਕ ਬੈਡ ਨਾਂ ਦਾ ਸ਼ਬਦ ਮੇਰੀ ਜ਼ਿੰਦਗੀ 'ਚ ਆਉਂਦਾ, ਇੰਟਰਨੈਟ ਤੋਂ ਡਾਊਨਲੋਡ ਹੁੰਦੀ ਹੈ ਫੋਟੋ, ਬਸ ਉਸ ਤੋਂ ਬਾਅਦ ਫਾਰਮ ਬਣਦਾ 2020 'ਚ ਆ ਗਏ, 19 ਆ ਗਏ, ਉਦੋਂ ਬਾਅਦ ਮੇਰਾ ਬ੍ਰਾਂਡ ਬਣਦਾ ਗਾਰਮੈਂਟ ਦਾ, ਪੰਚ ਉਹ ਬੈਡ ਦੇ ਨਾਮ 'ਤੇ, ਉਹ ਬੈਡ ਬੈਡ ਹੀ ਹੋਈ ਵੀ ਹੈ ਜੀ। ਮੇਰੇ ਕੋਲ ਘੋੜੇ ਹੈ ਜੀ, ਗਾਵਾਂ ਨੇ, ਮੱਝਾਂ ਨੇ, ਕਬੂਤਰ ਨੇ, ਡੋਗਸ ਨੇ, ਬੱਤਖਾਂ ਨੇ, ਬਿੱਲੀਆਂ ਨੇ, ਬਹੁਤ ਕੁਝ ਹੈ। ਤੇ ਭਾਜੀ ਇਹਨਾਂ ਦੀ ਦੇਖਭਾਲ ਕਰਨੀ, ਫਿਰ ਉਹ ਸਾਰਾ ਕੁਝ ਮੈਨੇਜ ਕਰਨਾ ਸਿੱਖਿਆ ਸੀਗਾ ਕਿ ਇਹਨਾਂ ਨੂੰ ਕੀ ਚਾਹੀਦਾ? ਕੁਝ ਨਹੀਂ ਸਿੱਖਿਆ ਜੀ, YouTube ਜਿੰਦਾਬਾਦ ਜੀ, ਇੰਟਰਨੈਟ ਤੋਂ ਸਿੱਖਿਆ ਜੋ ਸਿੱਖਿਆ। ਜਿਹੜਾ ਪੈਟ ਤੁਹਾਡੇ ਘਰ ਹੈ ਜਾਂ ਤੁਸੀਂ ਕੋਈ ਬ੍ਰਾਂਡਡ ਪੈਟ ਲੈ ਕੇ ਆਉਂਦਾ, ਉਹ ਕੁਆਲੀਫਾਈਡ ਹੈ, ਪੜ੍ਹਿਆ ਲਿਖਿਆ, ਹੈ ਨਾ। ਜਿਹੜਾ ਤੁਹਾਡੇ ਕੋਲ ਸਟੇਟ ਹੋ ਗਿਆ, ਉਹ ਘੱਟ ਪੜ੍ਹਿਆ ਲਿਖਿਆ ਨਹੀਂ ਹੈ, ਬਟ ਜਿਹੜਾ ਬੰਦਾ ਪੜ੍ਹਿਆ ਲਿਖਿਆ ਨਹੀਂ ਉਹ ਜ਼ਿਆਦਾ ਦਿਲਦਾਰ ਹੁੰਦਾ। ਐਂਡ ਆਫ ਦਾ ਡੇ ਕੋਈ ਵੀ ਬਿਜ਼ਨਸਮੈਨ ਹੈ, ਪੈਸੇ ਕਮਾ ਰਿਹਾ, ਘੱਟ ਕਮਾ ਰਿਹਾ, ਜ਼ਿਆਦਾ ਕਮਾ ਰਿਹਾ, ਸ਼ਾਮ ਵੀ ਆਪਣੇ ਬੱਚੇ ਲਈ ਜ਼ਹਿਰ ਹੀ ਲੈ ਕੇ ਜਾ ਰਿਹਾ। ਤੁਹਾਡੇ ਕੋਲ ਔਰਗੈਨਿਕ ਹੋਣਗੇ? ਮੇਰੇ ਕੋਲ ਸਾਰਾ ਕੁਝ ਔਰਗੈਨਿਕ ਹੈ। ਸਤਿ ਸ਼੍ਰੀ ਅਕਾਲ ਜੀ, ਪੰਜਾਬ ਨਿਊਜ਼ ਨਾਲ ਜੁੜੇ ਹੋ ਤੁਸੀਂ, ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ, ਸਵਾਗਤ ਕਰਦੀ ਤੁਹਾਡਾ, ਉਮੀਦ ਕਰਦੀ ਤੁਸੀਂ ਠੀਕ ਠਾਕ ਹੋਵੋਗੇ। ਦਰਸ਼ਕੋ, ਬੜੇ ਪਿਆਰ ਦੇਖੇ ਨੇ ਤੁਸੀਂ, ਅਤੇ ਇੱਕ ਪਿਓ ਅਤੇ ਪੁੱਤ ਦਾ ਪਿਆਰ, ਬਿਲਕੁਲ ਹੀ ਪਿਓ ਅਤੇ ਪੁੱਤ ਦਾ ਪਿਆਰ ਹੈ। ਜਦੋਂ ਇੱਕ ਪਿਓ ਉਸ ਪੁੱਤ ਦੀ ਲਾਈਫ ਤੋਂ ਨਹੀਂ ਕਹਿ ਸਕਦੇ ਜਾਂਦਾ, ਬਟ ਦੁਨੀਆ ਤੋਂ ਜਦੋਂ ਚੱਲ ਜਾਂਦੇ ਆ, ਇੱਕ ਰੂਹ ਜਾਂਦੀ ਹੈ, ਤਾਂ ਉਹ ਕਿਸ ਤਰ੍ਹਾਂ ਪਿਆਰ ਨੂੰ ਬਰਕਰਾਰ ਰੱਖਦੇ ਨੇ ਕਿ ਫਾਦਰ ਸਾਹਿਬ ਨੂੰ ਆਹ ਪਸੰਦ ਸੀ, ਆਪਾਂ ਇਹ ਚੀਜ਼ ਕਰਨੀ ਕਰਨੀ ਹੈ। ਇਹ ਫਾਰਮ ਦੇਖ ਰਹੇ ਹੋ ਤੁਸੀਂ, ਨਾਮ ਰੱਖਿਆ ਉਹਨਾਂ ਨੇ ਬੈਡ, ਬੈਡ ਨਾਮ ਨਾਲ ਮੈਨੂੰ ਥੋੜ੍ਹੀ ਜਿਹੀ ਤਕਲੀਫ ਹੋ ਰਹੀ ਕਿ ਭਾਅ ਜੀ ਨੇ ਨਾਮ ਇੱਦਾਂ ਕਿਉਂ ਰੱਖਿਆ, ਕਿਉਂ ਮਤਲਬ ਉਸ ਚੀਜ਼ ਨੂੰ ਵਾਰ ਵਾਰ ਨੈਗੇਟਿਵ ਇਹ ਯਾਦ ਕਰਦੇ ਨੇ, ਇਹ ਦੁੱਖ ਆਪਣੇ ਆਪ ਨੂੰ ਫੀਲ ਕਰਦੇ ਨੇ, ਪਰ ਹਰ ਇੱਕ ਦੀ ਲਾਈਫ 'ਚ ਬੜਾ ਕੁਛ ਵਾਪਰਿਆ ਹੁੰਦਾ। ਵਿਕਰਾਂਤ ਭਾਅ ਜੀ ਨੇ ਆਪਣੇ ਨਾਲ, ਜਿਨ੍ਹਾਂ ਨੇ ਬਹੁਤ ਸਾਰੇ ਬੇਜ਼ੁਬਾਨਾਂ ਨੂੰ ਆਪਣਾ ਪਰਿਵਾਰ ਬਣਾਇਆ ਅਤੇ ਇੱਥੇ ਰਹਿੰਦੇ ਨੇ ਔਰ ਉਹਨਾਂ ਦੀ ਦੇਖਭਾਲ ਕਰਦੇ ਨੇ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਸਿਹਤ ਠੀਕ ਹੈ? ਸਿਹਤ ਠੀਕ ਹੈ ਜੀ। ਸਭ ਵਧੀਆ ਚੱਲ? ਹਾਂਜੀ ਹਾਂ, ਵਧੀਆ ਜੀ, ਵਧੀਆ। ਭਾਅ ਜੀ, ਸਕੂਨ ਹੈਗਾ ਲਾਈਫ 'ਚ? ਸਕੂਨ ਹੈਗਾ ਜੀ ਲਾਈਫ 'ਚ, ਪੂਰਾ ਪੂਰਾ। ਹਾਂਜੀ ਹਾਂ, ਪੂਰਾ ਸਕੂਨ। ਅਤੇ ਕੁਛ ਕਹਿਣਾ ਚਾਹੋਗੇ ਕਿ ਲੋਕ ਜਿੱਦਾਂ ਪੈਸੇ ਮਗਰ ਭੱਜ ਰਹੇ ਨੇ, ਜਾਂ ਫਿਰ ਬਸ ਸਾਨੂੰ ਆਹ ਮਿਲ ਜੇ, ਉਹ ਮਿਲ ਜੇ, ਆਹ ਨਹੀਂ ਮਿਲਿਆ ਤਾਂ ਬੜੇ ਦੁਖੀ ਹੋ ਜਾਂਦੇ ਨੇ, ਤਾਂ ਤੁਸੀਂ ਉਸ 'ਤੇ ਕੀ ਕਹੋਗੇ? ਦੇਖੋ, ਜ਼ਿੰਦਗੀ ਦੇ ਵਿੱਚ ਜੋ ਮੈਂ ਆਪਦੀ ਜ਼ਿੰਦਗੀ ਦਾ ਤਜਰਬਾ, ਸ਼ਾਇਦ ਕੋਈ ਇਹਦੇ ਵਿੱਚ ਇੰਨਾ ਕੋਈ ਸਹਿਮਤ ਹੁੰਦਾ, ਕੋਈ ਨਹੀਂ ਹੁੰਦਾ, ਹਰ ਬੰਦੇ ਨੂੰ ਸਹਿਮਤ ਵੀ ਕੀਤਾ ਨਹੀਂ ਜਾ ਸਕਦਾ। ਪੈਸਾ ਜ਼ਿੰਦਗੀ ਲਈ ਬਹੁਤ ਵੱਡੀ ਇੱਕ ਲੋੜ ਹੈ, ਉਦੋਂ ਬਿਨਾਂ ਜ਼ਿੰਦਗੀ ਨਹੀਂ ਚੱਲਦੀ। ਬਟ ਪੈਸੇ ਤੋਂ ਇਲਾਵਾ ਵੀ ਬਹੁਤ ਕੁਝ ਹੈਗਾ, ਹੈ ਨਾ, ਜੋ ਸਕੂਨ ਹੈ, ਸਕੂਨ ਸ਼ਾਇਦ ਪੈਸਾ ਨਹੀਂ ਦਿੰਦਾ ਜੀ। ਹਾਂਜੀ, ਬਟ ਪੈਸੇ ਬਿਨਾਂ ਸਰਦਾ ਵੀ ਨਹੀਂ ਗਾ ਜੀ। ਇਹ ਤਾਂ ਹੈ, ਜ਼ਰੂਰਤ ਤਾਂ ਹੁੰਦੀ ਹੈ ਭਾਅ ਜੀ। ਜਿਵੇਂ ਮੈਂ ਕਿਹਾ ਕਿ ਪਿਓ ਅਤੇ ਪੁੱਤ ਦਾ ਪਿਆਰ, ਤਾਂ ਜ਼ਰੂਰ ਐਕਸਪਲੇਨ ਕਰੋ ਤੁਹਾਡੇ ਫਾਦਰ ਸਾਹਿਬ ਬਾਰੇ। ਫਾਦਰ ਸਾਹਿਬ ਨਾਲ, ਫਾਦਰ ਸਾਹਿਬ ਮੇਰੇ 2011 ਦੇ ਵਿੱਚ ਡੈਥ ਹੋਈ ਹੈ ਉਹਨਾਂ ਦੀ, ਪਰ ਮੈਂ ਇਹਦੀ ਜ਼ਿੰਦਗੀ 'ਚ ਨਹੀਂ ਕਹਿ ਸਕਦਾ ਕਿ ਉਹ ਚਲੇ ਗਏ, ਕਿਉਂਕਿ ਮੈਂ ਸ਼ਾਇਦ ਉਹਨਾਂ ਨਾਲ ਅੱਜ ਵੀ ਗੱਲ ਕਰਦਾ, ਸ਼ਾਇਦ ਲੋਕ ਮੈਨੂੰ ਪਾਗਲੀ ਕਹਿੰਦੇ ਹੋਣ, ਉਸ ਨੂੰ ਮੈਟਰ ਨਹੀਂ ਕਰਦਾ ਮੇਰੇ ਲਈ ਲੋਕ ਦੁਨੀਆਦਾਰੀ ਕੀ ਕਹਿੰਦੀ ਹੈ।
ਬਟ ਮੈਨੂੰ ਲੱਗਦਾ ਕਿ ਜੇ ਤੁਸੀਂ ਕਿਸੇ ਵੀ ਰੱਬ ਕਿਹੜਾ ਕਿਸੇ ਨੇ ਵੇਖਿਆ ਗਾ, ਰੱਬ ਨੂੰ ਮੰਨਦਾ ਬੰਦਾ ਰੱਬ ਬੰਦੇ ਦੇ ਕੋਲ ਹੈਗਾ। ਮੈਂ ਕਹਿੰਦਾ ਮੇਰੇ ਫਾਦਰ ਮੇਰੇ ਕੋਲ ਨੇ 24 ਘੰਟੇ, ਮੈਂ ਉਹਨਾਂ ਦਾ ਕੰਪੈਰੀਜ਼ਨ ਰੱਬ ਨਾਲ ਨਹੀਂ ਕਰ ਰਿਹਾ, ਬਟ ਮੈਂ ਤੁਹਾਡੇ ਫੇਥ ਨਾਲ ਕੰਪੈਰੀਜ਼ਨ ਕਰ ਰਿਹਾ। ਜੇ ਤੁਹਾਡਾ ਫੇਥ ਹੈਗਾ ਇੱਥੇ ਉਹ ਚੀਜ਼ ਐਗਜਿਸਟ ਕਰਦੀ ਹੈ, ਦੈਟ ਇਜ਼ ਮੀਨ ਉਹ ਕਰਦੀ ਹੈ ਮੇਰੇ ਲਈ, ਮੇਰੇ ਫਾਦਰ ਮੇਰੇ ਨਾਲ ਐਗਜਿਸਟ ਕਰਦੇ ਨੇ। ਅਤੇ ਉਹਨਾਂ ਨੇ ਹਮੇਸ਼ਾ ਮੈਨੂੰ ਇੱਕੋ ਚੀਜ਼ ਸਮਝਾਈ, ਕਿਸੇ ਦਾ ਮਾੜਾ ਨਾ ਕਰੀ। ਇੰਟੈਂਸ਼ਨਲੀ ਅੱਜ ਤੱਕ ਪਰਮਾਤਮਾ ਜਾਣਦਾ ਮੈਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ। ਇਨਡਾਇਰੈਕਟਲੀ ਤੁਸੀਂ ਕਹਿ ਲਓ ਜਾਂ ਅਨਇੰਟੈਂਸ਼ਨਲੀ ਕਹਿ ਲਓ, ਕਿਸੇ ਦਾ ਹੋ ਗਿਆ ਤਾਂ ਉਹਦੇ ਲਈ ਹਮੇਸ਼ਾ ਰਿਗਰੈਟਫੁੱਲ ਹੀ ਰਿਹਾ ਲਾਈਫ ਦੇ ਵਿੱਚ। ਹਾਂਜੀ ਹਾਂ। ਫਾਦਰ ਸਾਹਿਬ ਨੇ ਕੀ ਸਿਖਾਇਆ ਕਿ ਆਹ ਪੁੱਤਰ ਆਹ ਚੀਜ਼ ਨਹੀਂ ਕਦੇ ਭੁੱਲਣੀ? ਫਾਦਰ ਸਾਹਿਬ ਨੇ ਇੱਕੋ ਚੀਜ਼ ਸਿਖਾਈ ਹੈ ਜੀ, ਉਹ ਮੈਂ ਜ਼ਿੰਦਗੀ 'ਚ ਭੁੱਲਦਾ ਨਹੀਂ। ਸਿਖਾਈਆਂ ਤਾਂ ਬਹੁਤ ਚੀਜ਼ਾਂ ਨੇ, ਬਟ ਜਿਹੜੀ ਚੀਜ਼ ਮੈਂ ਜ਼ਿੰਦਗੀ ਨਹੀਂ ਭੁੱਲਣਾ, ਕਿਸੇ ਦਾ ਮਾੜਾ ਨਾ ਕਰੋ, ਕਰਮ ਚੰਗਾ ਕਰੋ। ਮੇਰੇ ਫਾਦਰ ਮਤਲਬ ਕਿ ਉਹਨਾਂ ਦੀ ਡੈਰੀ ਹੈ, ਜਦੋਂ ਡੈਥ ਤੋਂ ਬਾਅਦ ਡੈਰੀ ਹੈ ਉਹਨਾਂ ਦੀ, ਉਹਦੇ ਵਿੱਚ ਲੈ ਕਰਮ ਹੀ ਸਫਲਤਾ ਕੀ ਕੁੰਜੀ ਹੈ। ਤੁਸੀਂ ਦੇਖੋਗੇ ਮੇਰੀ ਬਾਂਹ 'ਤੇ ਵਿਆਹ ਲਿਖਿਆ ਹੋਇਆ, ਕਰਮ ਹੀ ਸਫਲਤਾ ਕੀ ਕੁੰਜੀ ਹੈ। ਇਹ ਮੇਰੇ ਡੈਡ ਨੇ। ਹਾਂਜੀ ਹਾਂ, ਬਹੁਤ ਸੋਹਣਾ ਭਾਜੀ, ਇਹ ਪਿਆਰ ਤਾਂ ਦਿਖਾ ਹੀ ਰਹੇ ਹੋ ਤੁਸੀਂ। ਦਿਖਾ ਨਹੀਂ ਰਿਹਾ, ਇਹ ਸ਼ਾਇਦ ਕਈਆਂ ਨੂੰ ਇਹ ਲੱਗਦਾ ਹੋਊਗਾ ਟੈਟੂ ਬਣਾ ਕੇ ਜਾਂ ਟੈਟੂ ਬਣਾ ਕੇ ਤੁਸੀਂ ਪਿਆਰ ਦਾ ਕੁਛ ਚੀਜ਼ ਦਾ ਜ਼ਿੰਦਗੀ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਤੁਹਾਡੇ ਨਾਲ ਜਦ ਤੱਕ ਤੁਹਾਡੀ ਜ਼ਿੰਦਗੀ ਚੱਲ ਨਾਲ ਹੈ, ਹੁਣ ਨਾਲ ਹੀ ਹੈ। ਮੈਂ ਸੋਨਾ ਤਾਂ ਵੀ ਨਾਲ ਹੈ ਨਾ, ਮੈਂ ਨਹਾਉਂਦਾ ਤਾਂ ਵੀ ਨਾਲ ਹੈ, ਮੈਂ ਕੰਮ ਕਰਦਾ ਤਾਂ ਵੀ ਨਾਲ ਹੈ। ਤੁਸੀਂ ਫੋਨ ਪਰਸ ਵਿੱਚ ਰੱਖ ਸਕਦੇ ਹੋ, ਫੋਟੋ ਪਰਸ ਉਦੋਂ ਖੋਲ੍ਹਦਾ ਬੰਦਾ ਜਦੋਂ ਉਹਨੇ ਕੰਮ 'ਚ ਉਹਨੇ ਪੈਸੇ ਕੱਢਣੇ ਹੈ ਨਾ, ਅਤੇ ਇਹ ਤਾਂ ਹੱਥ 'ਤੇ ਹੀ ਹੈ ਜੀ। ਹਾਂਜੀ ਹਾਂ, ਇਹ ਤਾਂ ਬਹੁਤ ਆਮ ਬੰਦਾ ਨਹੀਂ ਕਰਾ ਸਕਦਾ, ਦੁੱਖ ਲੱਗਦਾ ਹੀ ਆ। ਅਤੇ ਪਰ ਤੁਸੀਂ ਕਹੀ ਜਾਂਦੇ ਜੀ ਲੋਕ, ਮੈਂ ਤਾਂ ਇਹ ਕਹੂੰਗਾ ਟੈਟੂ ਮੈਮ ਆਪਣੀ ਫਾਦਰ ਸਾਹਿਬ ਦਾ ਬਣਾਇਆ, ਆਪਣੀ ਮੇਰੀ ਮਦਰ ਦਾ ਜੀ ਟੈਟੂ ਬਣਿਆ ਹੋਇਆ। ਇਹ ਤੁਸੀਂ ਇੱਧਰ ਦੇਖੋਗੇ ਸਿੰਘ ਸਾਹਿਬ ਦਾ, ਭਗਤ ਸਿੰਘ ਦਾ, ਅਤੇ ਆਹ ਮੇਰੀ ਬੇਟੀ ਦਾ, ਅਤੇ ਆਹ ਬਾਂਹ ਖਾਲੀ ਹੈ, ਦੋ ਭੈਣਾਂ ਨੇ, ਬੇਟਾ ਅਤੇ ਵਾਈਫ ਹੈ। ਮੈਂ ਤਾਂ ਬਣਾਈ ਲੈਂਦਾ, ਮੰਮੀ ਮਨਾ ਕਰ ਦਿੰਦੇ ਆ। ਉਹਨਾਂ ਲਈ ਵੀ ਬਣਾਉਣਾ, ਉਹਨਾਂ ਲਈ ਬੜੀ ਪੇਨ ਹੁੰਦੀ ਹੈ ਕਿ ਯਾਰ ਮੁੰਡਾ ਸੂਈਆਂ ਲੱਗਦੀਆਂ, ਦਰਦ ਹੁੰਦੀ, ਬਲੱਡ ਆਉਂਦਾ ਹੈ ਨਾ, ਮਾਂ ਲਈ ਹੁੰਦੀ ਹੈ ਜੀ। ਬਹੁਤ ਅੱਛੀ ਫੈਮਿਲੀ, ਟੱਚ ਫੁੱਟ। ਅਤੇ ਭਾਜੀ ਬੈਡ ਕਿਉਂ ਰੱਖਿਆ ਨਾਮ? ਬੈਡ ਜੀ ਦੇਖੋ, 2011 'ਚ ਮੇਰੇ ਡੈਡ ਦੀ ਡੈਥ ਹੋਈ, ਉਦੋਂ ਬਾਅਦ 2016 ਤੱਕ ਮੈਂ ਬੜਾ ਅਪਸੈਟ ਰਿਹਾ, 7-8 ਸਾਲ ਤੁਸੀਂ ਕਹਿ ਸਕਦੇ ਹੋ ਮੇਰੀ ਜ਼ਿੰਦਗੀ ਦੇ ਬਹੁਤ ਜ਼ਿਆਦਾ ਟੀਡੀਅਸ ਰਹੇ ਹੈ। ਭੁੱਲਿਆ ਤਾਂ ਚਲੋ ਜਾ ਹੀ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ, ਬਟ ਉਹਨੂੰ ਮੈਨੂੰ 16 ਤੱਕ ਤਾਂ ਮੈਂ ਸੰਭਲਿਆ ਹੀ ਨਹੀਂ, ਜਿਹਨੂੰ ਕਹਿ ਲਓ ਕਿ ਤੁਸੀਂ 5-6 ਸਾਲ ਤਾਂ ਸਮਝ ਹੀ ਨਹੀਂ ਜ਼ਿੰਦਗੀ 'ਚ ਹੋ ਕੇ ਗਿਆ, ਭਾਣਾ ਕੀ ਵਰਤ ਗਿਆ। 16 ਦੇ ਵਿੱਚ ਇੱਕ ਬੈਡ ਨਾਂ ਦਾ ਸ਼ਬਦ ਮੇਰੀ ਜ਼ਿੰਦਗੀ 'ਚ ਆਉਂਦਾ, ਇੰਟਰਨੈਟ ਤੋਂ ਡਾਊਨਲੋਡ ਹੁੰਦੀ ਹੈ ਫੋਟੋ, ਬਸ ਉਸ ਤੋਂ ਬਾਅਦ ਫਾਰਮ ਬਣਦਾ 2020 'ਚ ਆ ਕੇ, 19 'ਚ ਆ ਕੇ, ਉਦੋਂ ਬਾਅਦ ਮੇਰਾ ਬ੍ਰਾਂਡ ਬਣਦਾ ਗਾਰਮੈਂਟ ਦਾ, ਪੰਚ ਉਹ ਬੈਡ ਦੇ ਨਾਮ 'ਤੇ, ਉਹ ਬੈਡ ਬੈਡ ਹੀ ਹੋਈ ਵੀ ਹੈ ਜੀ। ਹਾਂਜੀ ਹਾਂ, ਇੱਦਾਂ ਤਾਂ ਨਹੀਂ ਫਿਰ ਬਹੁਤ ਉਹ ਪਿਛਲੇ ਸਮੇਂ 'ਚ ਚੱਲ ਜਾਂਦੇ, ਦੁੱਖ ਫੀਲ ਕਰਦੇ ਹੋ ਹਾਰਟ? ਪਿਛਲੇ ਸਮੇਂ 'ਚੋਂ ਨਿਕਲਦੇ ਹੈ ਨਹੀਂ ਜੀ ਆਪਾਂ, ਤੁਸੀਂ ਜਾਣ ਦੀ ਗੱਲ ਕਰਦੇ ਪਿਛਲੇ ਸਮੇਂ, ਮੈਂ ਕਹਿੰਦਾ ਮੈਂ ਨਿਕਲਦੇ ਹੈ ਨਹੀਂ, ਜਿਹੜੇ ਸਵੇਰ ਦੇ 3-4 ਘੰਟੇ, ਸ਼ਾਮ ਦੇ 3-4 ਘੰਟੇ, ਯੈਸ, ਤੁਸੀਂ ਇਹਨਾਂ ਹਵਾਵਾਂ ਦੀ ਆਵਾਜ਼ਾਂ ਤੋਂ ਪਤਾ ਲੱਗ ਸਕਦਾ, ਮੈਨੂੰ ਲੱਗਦਾ ਸ਼ਾਇਦ ਮੇਰੀ ਆਪ ਦੀਆਂ ਫੀਲਿੰਗਸ ਨੇ ਨਾ, ਕਿਸੇ ਨੂੰ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ, ਕਿਹਾ ਜਾ ਸਕਦਾ ਬਿਲਕੁਲ। ਅਤੇ ਇਸ ਜਗ੍ਹਾ ਨਾਲ ਲਗਾਵ ਕਿਉਂ ਹੈ ਫਾਦਰ ਸਾਹਿਬ ਕਰਕੇ? ਨਹੀਂ, ਇਸ ਜਗ੍ਹਾ ਨਾਲ ਲਗਾਵ ਇਹ ਤਾਂ ਮੇਰੇ ਫਾਦਰ ਤੋਂ ਬਾਅਦ ਮੈਂ ਜਗ੍ਹਾ ਬਾਈ ਕੀਤੀ ਹੈ ਜੀ, ਪਹਿਲਾਂ ਅਸੀਂ ਰੈਂਟ 'ਤੇ ਸੀਗੇ ਜੀ। ਹਾਂਜੀ ਹਾਂ, ਫੈਕਟਰੀ ਮੇਰੀ ਰੈਂਟ 'ਤੇ ਸੀਗੀ, ਬਟ ਲਗਾਓ ਇਸ ਜਗ੍ਹਾ ਨਾਲ, ਇੱਥੇ ਬੈਠ ਕੇ ਸ਼ਾਇਦ ਮੈਂ ਬਹੁਤ ਘੱਟ ਮਿਲਦਾ ਕਿਸੇ ਨੂੰ। ਹਾਂਜੀ ਹਾਂ, ਅਤੇ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਫਿਰ ਤੁਸੀਂ ਜਿਹੜੀ ਚੀਜ਼ ਨੂੰ ਯਾਦ ਕਰਕੇ ਹਮੇਸ਼ਾ ਡਿਸਕਸ਼ਨ ਕਰਨੀ ਚਾਹੁੰਦੇ ਤੁਸੀਂ ਕਰ ਸਕਦੇ। ਹਾਂਜੀ, ਅਤੇ ਪਾਪਾ ਨੂੰ ਵੀ ਸ਼ੌਂਕ ਸੀਗਾ ਕਿ ਬੇਜ਼ੁਬਾਨ? ਸ਼ੌਂਕ ਨਹੀਂ ਸੀਗਾ, ਨਾ ਨਹੀਂ ਜੀ, ਜਿਹੜੀ ਚੀਜ਼ ਨਹੀਂ ਸੀ ਨਹੀਂ ਸੀ। ਅਤੇ ਤੁਹਾਨੂੰ ਇਹ ਸ਼ੌਂਕ ਹੈ, ਫਿਰ ਕਿਹੜੇ ਕਿਹੜੇ ਪੈਟ ਹੈਗੇ ਨੇ ਤੁਹਾਡੇ? ਮੇਰੇ ਕੋਲ ਘੋੜੇ ਹੈ ਜੀ, ਗਾਵਾਂ ਨੇ, ਮੱਝਾਂ ਨੇ, ਕਬੂਤਰ ਨੇ, ਡੋਗਸ ਨੇ, ਬੱਤਖਾਂ ਨੇ, ਬਿੱਲੀਆਂ ਨੇ, ਬਹੁਤ ਕੁਝ ਹੈ ਜੀ। ਅਤੇ ਬੱਤਖਾਂ ਕਿੱਦੋਂ ਲਿਆਉਂਦੀਆਂ? ਬੱਤਖਾਂ ਕੋਈ ਭਰਾ ਦੇ ਜਾਂਦਾ ਜੀ, ਗੱਲ ਤੁਹਾਨੂੰ ਪਹਿਲਾਂ ਵੀ ਦੱਸੀ ਹੈ ਕਿ ਪਿਆਰ ਬਹੁਤ ਹੈ ਭਰਾਵਾਂ ਦੇ ਨਾਲ, ਦੇ ਜਾਂਦੇ ਆ, ਕੋਈ 2 ਦੇ ਜਾਂਦਾ, ਕੋਈ 1 ਦੇ ਜਾਂਦਾ, ਪਰ ਆਪਾਂ ਰੱਖ ਲਈ ਦੀ ਹੈ। ਕੀ ਬਾਤ ਹੈ, ਅਤੇ
ਘੋੜਿਆਂ ਦੀ ਜਿੱਦਾਂ ਸ਼ੁਰੂਆਤ ਹੋਈ ਹੈ ਰੁਸਤਮ ਤੋਂ, ਨਾਮ ਬੜਾ ਸੋਹਣਾ, ਇੱਕ ਤਾਂ ਇੱਕ ਫੀਲ ਆਉਂਦੀ ਹੈ ਰੁਸਤਮ ਬੋਲਦੇ ਹੋਏ, ਤਾਂ ਰੁਸਤਮ ਕਿਵੇਂ ਮਿਲਿਆ ਸੀ? ਰੁਸਤਮ ਇੱਥੇ ਸਾਡੇ ਲੁਧਿਆਣੇ ਗਿੱਲ ਪਿੰਡ 'ਚ ਹੀ ਨੇ, ਉਹਨਾਂ ਦੇ ਕੋਲ ਗਏ ਅਤੇ ਘੋੜਿਆਂ ਦੀ ਡਿਸਕਸ਼ਨ ਹੋਈ, ਮੈਂ ਉਹਨੂੰ ਤੁਸੀਂ ਹੈਗਾ ਤੁਹਾਡੇ ਕੋਲ ਦੇ ਦਿਓ, ਕਹਿੰਦੇ ਹਾਂਜੀ ਨਾਲ ਦੇ ਪਿੰਡ ਹੈਗਾ, ਚਲੋ ਉੱਥੋਂ ਪਹਿਲਾ ਘੋੜਾ ਲੈ ਕੇ ਆਉਂਦਾ, ਨਾਲ ਇਹਦੀ ਮਦਰ ਲੈ ਕੇ ਆਉਂਦੀ ਪੈਬਲ, ਉਹਦੀ ਡੈਥ ਹੋ ਗਈ ਅਤੇ ਉਸ ਤੋਂ ਬਾਅਦ ਦੋ ਤੋਂ ਚਾਰ ਦਸ ਪਤਾ ਨਹੀਂ ਲੱਗਿਆ, 26-27 30 ਤੱਕ ਹੋ ਗਏ ਸੀਗੇ, ਫਿਰ ਰਿਡਿਊਸ ਕੀਤੇ, ਹੁਣ ਹੋਣਗੇ 18-19 ਜੀ। ਹਾਂਜੀ ਮੈਂ ਗਿਣਦਾ ਹੀ ਨੀਗਾ। ਹਾਂਜੀ ਹਾਂ। ਤੇ ਭਾਜੀ ਇਹਨਾਂ ਦੀ ਦੇਖਭਾਲ ਕਰਨੀ, ਫਿਰ ਉਹ ਸਾਰਾ ਕੁਛ ਮੈਨੇਜ ਕਰਨਾ ਸਿੱਖਿਆ ਸੀਗਾ ਕਿ ਇਹਨਾਂ ਨੂੰ ਕੀ? ਇਹਦੇ ਕੁਝ ਨਹੀਂ ਸਿੱਖਿਆ ਜੀ, ਯੂਟਿਊਬ ਜਿੰਦਾਬਾਦ ਜੀ, ਇੰਟਰਨੈਟ ਤੋਂ ਸਿੱਖਿਆ ਜੋ ਸਿੱਖਿਆ। ਹਾਂਜੀ ਹਾਂ। ਤੇ ਫਿਰ ਇਹ ਖਾਂਦੇ ਪੀਂਦੇ ਕੀ ਨੇ, ਉਹ ਸਾਰਾ ਕੁਛ ਲਿਆਉਣਾ, ਅਬ ਤੁਹਾਡੀ ਵੀ ਆਪਦੀ ਲਾਈਫ ਹੋਏਗੀ, ਕੰਮ ਕਰਦੇ ਹੋ ਤੁਸੀਂ? ਦੇਖੋ ਇਹਨਾਂ ਦੇ ਖਾਣ ਪੀਣ ਦਾ ਤਾਂ ਮੈਕਸੀਮਮ 99% ਮੈਂ ਖੇਤੀ ਕਰਦਾ ਜੀ, 16-17 ਕਿੱਲਿਆਂ ਦੀ। ਹਾਂਜੀ ਉਹ ਇਹਨਾਂ ਲਈ ਉਹ ਕਰਦਾ। ਹਾਂਜੀ ਉਹ ਇਹਨਾਂ ਦੇ ਖਾਣ ਪੀਣ ਜੋਗਾ ਬੀਜਦੀ ਦਾ ਜੀ, ਚਾਹੇ ਉਹ ਦਾਣਾ ਚਾਹੇ ਉਹ ਪੱਠੇ। ਜਦੋਂ ਅਸੀਂ ਐਂਟਰ ਹੀ ਹੋਏ ਤੁਸੀਂ ਦੇਖਿਆ, ਮਤਲਬ ਅਸੀਂ ਦੇਖਿਆ ਕਿ ਫਟਾਫਟ ਤੁਸੀਂ ਕਿਹਾ ਆ ਜਾਓ ਆ ਜਾਓ ਆ ਜਾਓ ਸਾਰੇ ਜਿਹੜੇ ਤੁਹਾਡੇ, ਨੂੰ ਦੁੱਧ ਦਾ ਸਮਾਂ ਹੋ ਗਿਆ ਜੀ। ਹਾਂ ਉਹਨਾਂ ਨੂੰ ਦੁੱਧ ਸਵੇਰੇ, ਦੁੱਧ ਸਵੇਰੇ ਸ਼ਾਮ, ਉਹ ਸਟੇ ਡੋਗਸ ਨੇ ਗਲੀ ਗਲੀ ਜੀ, ਉਹ ਸਮਝਦੇ ਨੇ ਕਿ ਆ ਜਾਓ ਕਿਹਾ ਵਾ ਕਿੱਦਾਂ। ਮੈਂ ਸਮਝਦਾ ਜੀ ਜਿਹੜਾ ਪੈਟ ਤੁਹਾਡੇ ਘਰ ਹੈ ਜਾਂ ਤੁਸੀਂ ਕੋਈ ਬ੍ਰਾਂਡਡ ਪੈਟ ਲੈ ਕੇ ਆਉਂਦਾ ਉਹ ਕੁਆਲੀਫਾਈਡ ਹੈ, ਪੜ੍ਹਿਆ ਲਿਖਿਆ ਹੈ ਨਾ। ਜਿਹੜਾ ਤੁਹਾਡੇ ਕੋਲ ਸਟੇਟ ਹੋ ਗਿਆ ਉਹ ਘੱਟ ਪੜ੍ਹਿਆ ਲਿਖਿਆ ਨਹੀਂ ਹੈ, ਬਟ ਜਿਹੜਾ ਬੰਦਾ ਪੜ੍ਹਿਆ ਲਿਖਿਆ ਨਹੀਂ ਉਹ ਜ਼ਿਆਦਾ ਦਿਲਦਾਰ ਹੁੰਦਾ ਮੇਰੇ ਹਿਸਾਬ ਨਾਲ। ਤੁਸੀਂ ਪਿੰਡ ਦੇ ਬੰਦੇ ਦੇਖੋਗੇ, ਸ਼ਹਿਰ ਇਹ ਨਹੀਂ ਕਿ ਸ਼ਹਿਰ ਦੇ ਮਾੜੇ ਨੇ, ਬਟ ਪਿੰਡ ਦੇ ਬੰਦੇ ਸ਼ਹਿਰ ਦੇ ਬੰਦਿਆਂ ਦੇ ਕੰਪੈਰੇਟਿਵਲੀ ਦਿਲ ਤੋਂ ਬਹੁਤ ਸਾਫ਼ ਹੁੰਦੇ ਨੇ। ਹਰ ਇੱਕ ਨੂੰ ਕਹਿਣਾ ਚਾਹ ਪੀ ਕੇ ਜਾਇਓ, ਮਤਲਬ ਇੱਦਾਂ ਬਿਨਾਂ ਰੋਟੀ ਖਾਏ ਪੀਤੇ ਜਾਣਾ ਹੀ ਨਹੀਂ। ਸ਼ਹਿਰੀਆਂ ਨੂੰ ਹੁੰਦਾ ਬਸ ਕਦੋਂ ਜਾਣ, ਸ਼ਹਿਰੀ ਉਹਨਾਂ ਦੀ ਮਜਬੂਰੀ ਹੁੰਦੀ ਸਮਾਂ। ਹਾਂਜੀ ਲਾਈਫ ਦੇ ਵਿੱਚ ਹਰ ਬੰਦੇ ਕੋਲ ਉਨਾ ਕੀ ਸਮਾਂ ਹੁੰਦਾ ਜੀ, ਪਿੰਡ ਦੇ ਮੁੰਡੇ ਦਿਲਦਾਰ ਇਸੇ ਲਈ ਹੁੰਦੇ ਆ ਕਿਉਂਕਿ ਉਹ ਉਹਨਾਂ ਦਾ ਦਿਲ ਬਹੁਤ ਸਾਫ਼ ਹੁੰਦਾ ਜੀ। ਹਾਂਜੀ ਨਹੀਂ ਭਾਜੀ ਬਹੁਤ ਚੰਗਾ ਲੱਗਿਆ, ਬਹੁਤ ਸੋਹਣੀ ਰੂਹ ਹੋ ਤੁਸੀਂ, ਇਹ ਸੇਵਾ ਨਿਭਾ ਰਹੇ ਹੋ, ਰਹਿੰਦੀ ਉਮਰ ਤੱਕ ਨਿਭਾਉਂਦੇ ਰਹੋਗੇ ਕਿਤੇ? ਹਾਂਜੀ ਹਾਂ ਜਦ ਤੱਕ ਸਾਹ ਚੱਲਦੇ ਜਦ ਤੱਕ ਜੇ ਵਲੌਗ ਕਰਦੇ ਜੀ ਕਰਦੇ ਰਹਾਂਗੇ। ਹਾਂਜੀ ਹਾਂ। ਜਾਂਦੇ ਜਾਂਦੇ ਕੋਈ ਜਨਤਾ ਨੂੰ ਮੈਸੇਜ? ਮੈਂ ਜਨਤਾ ਨੂੰ ਫਿਰ ਇੱਕੋ ਹੀ ਮੈਸੇਜ ਦੇਵਾਂਗੀ ਜੀ, ਬੂਟੇ ਲਾਓ ਜਿੰਨੇ ਵੱਧ ਤੋਂ ਵੱਧ ਲਾਏ ਜਾ ਸਕਦੇ ਆ ਜੀ। ਭਾਈ ਦੇ ਫਾਰਮ 'ਚ ਵੀ ਤੁਸੀਂ ਦੇਖ ਸਕਦੇ ਹੋ ਗ੍ਰੀਨਰੀ ਹੈ, ਇਹ ਨਹੀਂ ਕਿ ਸਿਰਫ ਸਟੱਡ ਫਾਰਮ ਹੀ ਹੈ, ਨਹੀਂ ਬਹੁਤ ਸਾਰੇ ਬੂਟੇ ਲਾਏ। ਸ਼ੌਂਕ ਹੈ ਤੁਹਾਨੂੰ? ਸ਼ੌਂਕ ਹੈ ਜੀ, ਮੈਂ ਕਿਚਨ ਗਾਰਡਨ ਹੈ, ਸਬਜ਼ੀਆਂ ਨੇ ਮੇਰੇ ਕੋਲ ਇੱਥੇ ਅੱਧੇ ਕਿੱਲੇ ਦੇ ਵਿੱਚ, ਘਰ ਵਾਸਤੇ ਸਬਜ਼ੀਆਂ ਲੱਗੀਆਂ ਹੋਈਆਂ, ਮੈਂ ਤੁਹਾਨੂੰ ਉਹਦੇ ਕੋਈ ਸ਼ੌਟ ਦਿਖਾਉਣਾ ਹੈ, ਉਹ ਜ਼ਰੂਰ ਕਰਨੇ ਚਾਹੀਦੇ, ਲੋਕ ਘਰਾਂ ਦੇ ਵਿੱਚ ਲਾਉਣ ਲੱਗ ਗਏ, ਅੱਜ ਕੱਲ੍ਹ ਗਮਲੇ 'ਚ ਲਾਉਣ ਲੱਗ ਗਏ। ਅੱਜ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੈਂ ਸੋਚ ਰਿਹਾ ਸੀਗਾ ਧਾਰਾਂ ਕੱਢ, ਮੈਂ ਧਾਰਾਂ ਵੀ ਆਪ ਕੱਢਦਾ ਜਿੱਦਾਂ ਨਾ, ਅਤੇ ਮੈਂ ਸੋਚਦਾ ਪਿਆ ਸੀਗਾ ਕਿ ਸਾਡੇ ਸ਼ਹਿਰ ਦੇ ਵਿੱਚ ਤੁਸੀਂ ਲਾ ਲਓ ਕਿ ਚਲੋ ਪਿੰਡਾਂ ਦੇ ਵਿੱਚ ਤਾਂ ਲੋਕ ਆਪਣੇ ਘਰ ਜੋਗੀ ਆਪ ਹੀ ਉਗਾ ਲੈਂਦੇ ਆ, ਸ਼ਹਿਰਾਂ ਦੇ ਵਿੱਚ ਤੁਸੀਂ ਦੇਖੋਗੇ ਨਾ ਸ਼ਹਿਰਾਂ ਦੇ ਸਰਾਊਂਡਿੰਗ ਸਬਜ਼ੀਆਂ ਲਾਉਂਦੇ ਆ ਲੋਕ, ਪ੍ਰਵਾਸੀ ਇੱਥੇ ਆ ਕੇ ਲਾਉਂਦੇ, ਤਾਂ ਉਹਨਾਂ ਦੇ ਪੈਸਟੀਸਾਈਜ਼ ਦਾ ਲੈਵਲ ਦੇਖਣ ਵਾਲਾ ਕਿ ਸਪਰੇਆਂ ਕਿੰਨੀਆਂ ਕਰਦੇ ਨੇ। ਐਂਡ ਆਫ ਦਾ ਡੇ ਕੋਈ ਵੀ ਬਿਜ਼ਨਸਮੈਨ ਹੈ ਪੈਸੇ ਕਮਾ ਰਿਹਾ, ਘੱਟ ਕਮਾ ਰਿਹਾ, ਜ਼ਿਆਦਾ ਕਮਾ ਰਿਹਾ, ਸ਼ਾਮ ਵੀ ਆਪਣੇ ਬੱਚਿਆਂ ਲਈ ਜ਼ਹਿਰ ਹੀ ਲੈ ਕੇ ਜਾ ਰਿਹਾ। ਤੁਹਾਡੇ ਕੋਲ ਔਰਗੈਨਿਕ ਹੋਣਗੇ? ਮੇਰੇ ਕੋਲ ਸਾਰਾ ਕੁਝ ਔਰਗੈਨਿਕ ਹੈ ਜੀ। ਹਾਂਜੀ ਕੋਸ਼ਿਸ਼ ਇਹ ਕਰੀਦੀ ਜਿੰਨਾ ਕੁ ਆਪਣਾ ਘਰ ਦੇ ਪਿਓਰਟੀ ਨਾਲ, ਆਟਾ ਕਣਕ ਘਰ ਦੀ ਜੀ, ਚੱਕੀ ਘਰੇ ਲੱਗੀ ਵੀ ਹੈ, ਸਰੋਂ ਘਰ ਦੀ, ਤੇਲ ਘਰ ਦਾ, ਸਬਜ਼ੀਆਂ ਘਰ ਦੀਆਂ, ਦੁੱਧ ਘਰ ਦਾ, ਦੁੱਧ ਅਤੇ ਜਿਹੜੇ ਦੁੱਧ ਵਾਸਤੇ ਗਾਵਾਂ ਨੂੰ ਪੱਠੇ ਪੈਂਦੇ ਆ ਜੀ, ਉਹ ਵੀ ਵਿਦਾਊਟ ਸਪਰੇਅ ਦੇ। ਕੋਸ਼ਿਸ਼ ਹੈਗੀ ਕਿ ਜਿੰਨਾ ਪਿਓਰ ਖਾਧਾ ਜਾਵੇ, ਇਹ ਤਾਂ ਹੈ ਨਹੀਂ ਕਿ ਅਸੀਂ ਅਮਰ ਹੋ ਜਾਵਾਂਗੇ, ਬਟ ਯੈਸ ਪਿਓਰਟੀ ਖਾਈ ਜਾ ਸਕਦੀ, ਹੈਲਥ ਵਾਈਜ਼ ਸਹੀ ਰਹੋਗੇ, ਕਿਉਂਕਿ ਭਾਅ ਜੀ ਵਾਂਝੇ ਨੇ ਸ਼ਹਿਰੀਏ ਇਸ ਚੀਜ਼ ਤੋਂ, ਉਹ ਮਜਬੂਰ ਨੇ। ਵਾਂਝੇ ਵਾਂਝਾ ਬੰਦਾ ਵੀ ਉਹੀ ਹੁੰਦਾ ਜਦੋਂ ਤੁਹਾਡੇ ਕੋਲ ਮਜਬੂਰੀਆਂ ਸਮਾਂ ਨਹੀਂ ਹੈ, ਜਾਂ ਘਰ ਦੀ ਗਾਰਡਨਿੰਗ ਕਰ ਲੈਣ ਜਾਂ ਫਿਰ ਕੰਮ ਕਰ ਲੈਣ। ਹਾਂਜੀ ਚੰਗਾ ਲੱਗਾ ਭਾਅ ਜੀ, ਥੈਂਕ ਯੂ। ਅਤੇ ਆਪਣਾ ਇੰਸਟਾ ਪੇਜ ਦੱਸ ਦਿਓ ਤਾਂ ਕਿ ਲੋਕ ਤੁਹਾਡੇ ਤੱਕ ਪਹੁੰਚ ਸਕਣ। ਜਿਹੜਾ ਸ਼ਰਟ ਫਾਰਮ ਦਾ ਇੰਸਟਾ ਪੇਜ ਹੈ ਉਹ ਹੈਗਾ ਬੈਡ ਸ਼ਰਟ ਫਾਰਮ, ਅਤੇ ਜਿਹੜਾ ਗਾਰਮੈਂਟ ਦਾ ਮੇਰਾ ਬ੍ਰਾਂਡ ਹੈਗਾ ਉਹਦਾ ਹੈਗਾ ਬੰਚ ਆਫ ਬੈਡ। ਠੀਕ ਹੈ। ਹਾਂਜੀ ਹਾਂ, ਥੈਂਕ ਯੂ ਭਾਅ ਜੀ, ਸਮਾਂ ਦਿੱਤਾ, ਸਤਿ ਸ਼੍ਰੀ ਅਕਾਲ ਜੀ।
ਵੀਡੀਓ ਨੂੰ ਸ਼ੇਅਰ ਕਰਿਓ। ਬਹੁਤ ਸੋਹਣੀ ਰੂਹ ਇੱਕ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਤਾਂ ਕਿ ਕੁਛ ਸਿੱਖੋ ਤੁਸੀਂ ਕਿ ਲਾਈਫ ਦੇ ਵਿੱਚ ਅਗਰ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਤਾਂ ਕਿਵੇਂ ਉਹਨੂੰ ਸੁਲਝਾਇਆ ਜਾ ਸਕੇ, ਸਕੂਨ ਕਿਵੇਂ ਆਪਣਾ ਪੈਦਾ ਕਰਿਆ ਜਾ ਸਕੇ। ਇੱਕ ਮੇਨ ਚੀਜ਼ ਉਹਨਾਂ ਨੇ ਕਹੀ ਹੈਲਥ, ਹੈਲਥ ਤਾਂ ਹੀ ਸਭ ਕੁਛ ਹੈਗਾ। ਤਾਂ ਖਾਣਾ ਅੱਛਾ ਖਾਣਾ ਚਾਹੀਦਾ, ਤੁਹਾਨੂੰ ਪਿਓਰ ਖਾਣਾ ਚਾਹੀਦਾ। ਕੁਛ ਸਮਾਂ ਆਪਣੇ ਲਈ ਜ਼ਰੂਰ ਕੱਢੋ ਕਿਉਂਕਿ ਲਾਈਫ ਤਾਂ ਬਿਜ਼ੀ ਰਹਿਣੀ ਹੈ, ਰਹਿੰਦੀ ਉਮਰ ਤੱਕ ਤੁਸੀਂ ਬਿਜ਼ੀ ਰਹਿਣਾ। ਕੱਲ੍ਹ ਨੂੰ ਵਿਆਹ ਹੋ ਗਿਆ ਜੀ, ਬੱਚੇ ਹੋ ਗਏ, ਇਹ ਚੀਜ਼ਾਂ 'ਚ ਬਿਜ਼ੀ ਰਹੋਗੇ, ਬਟ ਇੱਕ ਹੈਲਥ ਹੈ ਜਿਹੜੀ ਤੁਹਾਨੂੰ ਸਹੀ ਰੱਖ ਸਕਦੀ ਹੈ ਤਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੀ ਟਾਈਮ ਦੇ ਸਕੋ। ਬਣੇ ਰਹੋ ਸਾਡੇ ਨਾਲ, ਧੰਨਵਾਦ।